ਗੁੱਡੀ ਤੇ ਹੱਥ ਡੋਰ ਸਜਣ ਦੇ ਤੇ ਜਿਵੇਂ ਰੱਖੇ ਉਵੇਂ ਰਹਿਣਾ ਤੇ ਜਾਇਜ਼ ਨਹੀਂ ਜੇ ਇਹ ਵਿੱਚ ਸ਼ਰੀਅਤ ਤੇ ਮੰਦਾ ਖਸਮ ਨੂੰ ਇਹ ਕਹਿਣਾ ਵਿੱਚ ਸ਼ਰੀਅਤ ਤੇ ਮੰਦਾ ਪੀਰ ਨੂੰ ਇੱਕ ਇੱਕ ਨਿੱਕਾ ਜਿਹਾ ਕੰਮ ਨਾ ਮੇਰੇ ਪੀਰ ਨੇ ਕੀਤਾ ਉਹਨੇ ਮਾਂ ਨੂੰ ਜਾਣਾ ਉੱਥੋਂ ਫਿਰ ਖਲੋ ਜਿਸ ਹਾਲ ਚ ਰੱਖੇ ਉਸ ਹਾਲ ਚ ਜੇ ਸੋਹਣਾ ਉਹ ਮੇਰੇ ਦੁੱਖ ਵਿੱਚ ਰਾਜ਼ੀ ਹਜ਼ੂਰ ਵਸ ਪਾਕ ਫਰਮਾਇਆ ਹਾਏ ਜੇ ਸੋਹਣਾ ਹਾਏ ਮੇਰੇ ਦੁੱਖ ਵਿੱਚ ਰਾਜ਼ੀ ਤੇ ਮੈਂ ਸੁੱਖ ਨੂੰ ਚੁੱਲ੍ਹੇ ਇਹ ਦਾਵਾਂ ਤੇ ਜੇ ਸੋਹਣਾ ਉਹ ਮੇਰੀ ਮੰਗ ਲੈ ਜਿੰਦੜੀ ਤੇ ਮੈਂ ਯਾਰ ਦੇ ਨਾਮ ਇਹ ਲਾਵਾਂ ਏ ਜੇ ਸੋਹਣਾ ਉਹ ਮੇਰੀ ਮੰਗ ਲੈ ਜਿੰਦੜੀ ਤੇ ਮੈਂ ਯਾਰ ਦੇ ਨਾਮ ਇਹ ਲਾਵਾਂ ਜਾਨ ਲੈ ਕੇ ਵੀ ਖੁਸ਼ ਹੋ ਜਾਏ ਹੋਰ ਕੀ ਚਾਹੀਦਾ ਸਭ ਤੋਂ ਬੜਾ ਸਸਤਾ ਜਾਨ ਲੈ ਕੇ ਅਗਰ ਯਾਰ ਰਾਜ਼ੀ ਹੋ ਜਾਏ ਮੈਂ ਸਭ ਤੋਂ ਬੜਾ ਸਸਤਾ ਇਹਨੂੰ ਰਾਜ਼ੀ ਕਰਨ ਦੀ ਖਾਤਰ ਤਾਂ ਦੁਨੀਆਂ ਜਾਨ ਦੀਆਂ ਬਾਜ਼ੀਆਂ ਲਾਈਆਂ ਨੇ ਤਨ ਮਨ ਧਨ ਕਿੰਨੀ ਕਿੰਨੀ ਕਰੋੜਾਂ ਖਰਮਾਂ ਦੇ ਮਾਲਕ ਵਕਤ ਦੇ ਬਾਦਸ਼ਾਹਾਂ ਨੇ ਵੀ ਇਹਨੂੰ ਲੁਟਾ ਦਿੱਤਾ ਦਰੇ ਯਾਰ ਪਰ ਲੁਟਾ ਦੇ ਤੂੰ ਮਤਾਜ਼ ਇਸ ਖਾਦਮ ਯਹੀ ਰਸਮ ਆਸ਼ਕਾਂ ਹੈ ਯਹੀ ਸ਼ਾਨ ਹੈ ਤੂੰ ਨਿਸ਼ਾਨ ਬੇਨਿਸ਼ਾਨ ਹੈ ਤੂੰ ਬਹਾਰ ਸਰਮਦੀ ਹੈ ਤੁਝ ਦੇਖਣਾ ਇਬਾਦਤ ਉਹ ਤੇਰੀ ਯਾਦ ਬੰਦਗੀ ਹੈ ਤੁਝ ਦੇਖਣਾ ਇਬਾਦਤ ਦਰੇ ਯਾਰ ਪਰ ਲੁਟਾ ਦੇ ਤੂੰ ਮਤਾਏ ਖਾਦਮ ਦਰੇ ਯਾਰ ਪਰ ਲੁਟਾ ਦੇ ਤੂੰ ਮਤਾਏ ਖਾਦਮ ਯਹੀ ਰਸਮ ਆਸ਼ਿਕਾਂ ਹੈ ਅਰੇ ਯਹੀ ਸ਼ਾਨ ਬੰਦਗੀ ਹੈ ਯਹੀ ਰਸਮ ਆਸ਼ਿਕਾਂ ਹੈ ਇਹ ਆਸ਼ਿਕਾਂ ਦੀ ਰਸਮ ਹੈ ਆਪਣੀ ਜਾਨ ਵੀ ਦੇ ਦੇਣੀ ਆਪਣੀ ਮਾਲ ਵੀ ਦੇ ਦੇਣਾ ਤੂੰ ਦਰੇ ਯਾਰ ਪਰ ਲੁਟਾ ਦੇ ਮਤਾਏ ਖਾਦਮ ਯਹੀ ਰਸਮ ਆਸ਼ਿਕਾਂ ਹੈ ਯਹੀ ਸ਼ਾਨ ਬੰਦਗੀ ਹੈ ਇਹ ਬੰਦਗੀ ਦੀ ਸ਼ਾਨ ਵੀ ਇਹਦੀ ਆਸ਼ਕਾਂ ਦੀ ਰਸਮ ਵੀ ਹੈ ਆਪਣੇ ਯਾਰ ਦੇ ਬੂਹੇ ਤੇ ਸਭ ਕੁਛ ਲੁਟਾ ਦੇਣਾ ਦਰੇ ਯਾਰ ਪਰ ਲੁਟਾ ਦੇ ਤੂੰ ਮਤਾਏ ਖਾਦਮ ਯਹੀ ਰਸਮ ਆਸ਼ਿਕਾਂ ਹੈ ਅਰੇ ਯਹੀ ਸ਼ਾਨ ਬੰਦਗੀ ਹੈ ਬੰਦਗੀ ਦਾ ਫਰੀਜ਼ਾ ਵੀ ਫੇਰ ਹੀ ਅਦਾ ਹੁੰਦਾ ਯਾਰ ਦੀ ਓਏ ਬੰਦਾ ਸੋ ਜੋ ਕਰੇ ਬੰਦਗੀ ਹਾਏ ਬੰਦਾ ਸੋ ਜੋ ਕਰੇ ਬੰਦਗੀ ਤੇ ਬੰਦਾ ਬੰਦਗੀ ਨਾ ਕਰੇ ਤਾਂ ਫੱਬਦਾ ਨਹੀਂ ਓ ਸੈਯਦ ਸੋ ਜੋ ਕਰੇ ਸਜਦਾ ਹਾਏ ਸੈਯਦ ਸਜਦਾ ਨਾ ਕਰੇ ਤਾਂ ਸਜਦਾ ਨਹੀਂ ਫਰਮਾਇਆ ਸੈਯਦ ਸਜਦਾ ਨਹੀਂ ਸਜਦਾ ਵਹੀ ਸਜਦਾ ਹੈ ਅਰੇ ਸਜਦਾ ਵਹੀ ਸਜਦਾ ਹੈ ਸਰ ਵਹੀ ਸਰਫਰਾਜ਼ ਹੈ ਯਾਰ ਕੇ ਪਾਏ ਨਾਜ਼ ਪੇ ਜਿਸਕੀ ਅਦਾ ਨਮਾਜ਼ ਹੈ ਜਿਹਦੀ ਯਾਰ ਦੇ ਵੇੜੇ ਵਿੱਚ ਨਮਾਜ਼ ਹੋਈ ਤੇਰੇ ਨਾਲੋਂ ਤਾਂ ਬੰਦਿਆ ਹੀਰ ਚੰਗੀ
ਹਏ ਤੇਰੇ ਨਾਲੋਂ ਤਾਂ ਬੰਦਿਆ ਹੀਰ ਚੰਗੀ ਛੱਡ ਬੈਠੀ ਏ ਝਗੜਿਆਂ ਛੇੜਿਆਂ ਨੂੰ। ਹਏ ਸਰਦਾਰ ਉਹ ਚੰਗ ਦੇ ਰਹਿਣ ਵਾਲੀ ਤੇ ਕਾਬਾ ਮੰਨਦੀ ਏ ਰਾਂਝੇ ਦੇ ਅਵੇਰਿਆਂ ਨੂੰ। ਇੱਕ ਔਰਤ ਹੋ ਕੇ ਫਰਮਾਇਆ ਤੇਰੇ ਨਾਲ ਤੋਂ ਚੰਗੀ, ਤੇਰੇ ਨਾਲੋਂ ਤਾਂ ਬੰਦਿਆ ਹੀਰ ਚੰਗੀ, ਛੱਡ ਬੈਠੀ ਏ ਝਗੜਿਆਂ ਛੇੜ, ਸਾਰੇ ਝਗੜੇ ਛੇੜੇ ਛੱਡ ਕੇ ਰਾਂਝੇ ਦੀ ਹੋ ਗਈ ਜੇ ਤੂੰ ਮੁਰਸ਼ਦ ਦਾ ਨਹੀਂ ਹੋ ਸਕਿਆ। ਤੇਰੇ ਨਾਲੋਂ ਤਾਂ ਬੰਦਿਆ ਹੀਰ ਚੰਗੀ ਛੱਡ ਬੈਠੀਆਂ ਨੂੰ, ਸਰਦਾਰ ਉਹ ਝੰਗ ਦੇ ਰਹਿਣ ਵਾਲੀ ਕਾਬਾ ਰਾਂਝੇ ਦੇ ਵਿਹੜੇ ਨੂੰ, ਉਹਨਾਂ ਦੇ ਯਾਰ ਦੇ ਵਿਹੜੇ ਨੂੰ ਕਾਬਾ ਬਣ ਲਿਆ। ਸੱਜਣਾ ਦੀ ਗਲੀ ਦਾ ਇੱਕ ਅੱਜ ਦੇ ਬਰਾਬਰ ਹੁੰਦਾ ਸਾਡੇ ਕੋਲ ਕੀ ਕਹਿੰਦੇ, ਯਾਰ ਦੀ ਮੁਰਸ਼ਦ ਦੀ ਗਲੀ ਦਾ ਇੱਕ ਫੇਰਾ ਸੌ ਹੱਜ ਦੇ ਬਰਾਬਰ ਹੁੰਦਾ। ਉੱਥੇ ਹੋ ਕੇ ਚਲੇ ਜਾਣਾ ਹੀ ਬੜੀ ਵੱਡੀ ਬਾਤ। ਸੁਲਤਾਨਪੁਰ ਫਰਮਾਇਆ ਦਰ ਮੁਰਸ਼ਦ ਦਾ ਖਾਨਾ ਕਾਬਾ, ਮੀਆਂ ਸਾਹਿਬ ਫਰਮਾਇਆ ਦਰ ਮੁਰਸ਼ਦ ਦਾ ਖਾਨਾ ਕਾਬਾ, ਹੱਜ ਦੂਰੀ ਕਰੀਏ ਤੇ ਤਕਵਾ ਰੱਖ ਮਹਬੂਬਾ ਵਾਲਾ, ਚੱਲ ਦੁਬਾਰਾ ਮਰੀਏ। ਉਦੋਂ ਆਸ਼ਕ ਤੇ ਮਹਬੂਬ ਬਣ ਕੇ ਜਾ, ਉਹਦਾ ਦੁਬਾਰੇ ਤੇ ਜਾ ਕੇ ਬਹਿ ਜਾਓ ਤੇ ਜਦੋਂ ਛੁੱਟੀ ਮਿਲੇ ਉਦੋਂ ਆਓ। ਉੱਥੇ ਪਹਿਲੇ ਨਾ ਉਦੋਂ ਚੋਰੀ ਨੱਸ ਕੇ ਨਾ ਉਹ ਜਿਹੜੀ ਅੱਜ ਕੱਲ੍ਹ ਮਰੀਦ ਦਾ ਰਸਮ ਪੜੀ, ਆਪੇ ਜਾਣਾ ਤੇ ਅਜੇ ਮਹਿਫਲ ਖਤਮ ਨਹੀਂ ਹੋਣੀ, ਪੀਰ ਸਾਹਿਬ ਉੱਥੇ ਬੈਠੇ ਮਰੀਦ ਨੱਸ ਕੇ ਪਹਿਲਾਂ, ਕੋਈ ਫਾਇਦਾ ਨਹੀਂ ਉਸ ਜਾਣੇ ਤੋਂ ਨਾ ਜਾਓ ਬਗੈਰ ਇਜਾਜ਼ਤ ਤੋਂ। ਕਦੀ ਨਹੀਂ ਉੱਠਣਾ ਚਾਹੀਦਾ, ਕਦੀ ਨਹੀਂ ਸਾਈਂ ਗੱਦੀ 'ਤੇ ਬੈਠਾ ਹੋਇਆ ਕਦੀ ਛੱਡ ਕੇ ਨਹੀਂ ਜਾਣਾ ਚਾਹੀਦਾ, ਬੇਵਫਾਇਦਾ। ਦੁੱਲੇ ਸ਼ਾਹ ਸਾਹਿਬ ਫਰਮਾਉਂਦੇ ਆਸ਼ਕ ਬਿਰਦਰ ਫਰਮਾਉਂਦੇ ਨੇ ਕਿ ਬੇਗਰਜ਼ ਨਮਾਜ਼ ਦੀ ਕੀਮਤ ਨਹੀਂ ਮੰਗਦੇ, ਉਹਨਾਂ ਨੂੰ ਗਰਜ਼ ਨਹੀਂ ਹੁੰਦੀ, ਉਹ ਸਿਰਫ ਰੱਬ ਨੂੰ ਖੁਸ਼ ਕਰਨਾ ਚਾਹੁੰਦੇ। ਬੇਗਰਜ਼ ਨਮਾਜ਼ ਦੀ ਕੀਮਤ ਨਹੀਂ ਮੰਗਦੇ ਜਿਹੜੇ ਯਾਰ ਦੇ ਕੋਈ ਆ ਲੰਘਦੇ ਜਾਣੇ ਦੀ ਇਜਾਜ਼ਤ ਨਹੀਂ ਮੰਗਦੇ। ਜਦ ਮਿਲ ਗਈ ਤੇ ਫਿਰ ਠੀਕ, ਨਹੀਂ ਮਿਲੀ ਨਾ ਸੀ। ਇਜਾਜ਼ਤ ਜੇ ਹੋਵੇ ਸਦਾ ਕਰ ਲਵਾਂ ਮੈਂ, ਮੌਲਾ ਤੇਰੀ ਉਲਫਤ ਵਫਾ ਕਰ ਲਵਾਂ ਮੈਂ, ਬਹੁਤ ਸਜੇ ਦੇ ਮੋਕੀ ਕਜ਼ਾ ਕੀਤੇ ਹੋਏ ਨੇ, ਪਰਦਾ ਉਠਾ ਚਾਓ ਅਦਾ ਕਰ ਲਵਾਂ ਮੈਂ, ਅਰੇ ਬਹੁਤ ਸਜੇ ਦੇ ਮੋਕੀ ਕਜ਼ਾ ਕੀਤੇ ਹੋਏ ਨੇ, ਪਰਦਾ ਉਠਾ ਚਾਓ ਅਦਾ ਕਰ ਲਵਾਂ ਮੈਂ, ਉਹ ਪਰਦਾ ਉਠਾ ਚਾ ਪਰਦਾ ਉਠਾ ਚਾਓ ਅਦਾ ਕਰ ਲਵਾਂ ਮੈਂ। ਯਾਰ ਪਰਦਾ ਚੁੱਕੇ ਸਾਈਦਾ ਤਾਂ ਹੋ ਗਿਆ ਨਾ, ਅੱਖਾਂ ਅੱਖਾਂ ਨਾਲ ਮਿਲੀਆਂ ਤੇ ਸਾਈਦਾ ਤਾਂ ਹੋ ਗਿਆ। ਹਏ ਸਜਦਾ ਸਜਦਾ ਸਜਣਾ ਨੂੰ ਤੇ ਕਿਸੇ ਗੈਰ ਨੂੰ ਸਜਦਾ ਨਹੀਂ ਸਜਦਾ, ਸਜਦਾ 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 ਸਜਣਾ ਨੂੰ, ਸਜਦੇ ਤੋਂ ਕਰਤਾ ਹੂੰ ਮਗਰ ਸਜਦੋ ਮੈਂ ਪੁਖਤ ਗਈ ਨਹੀਂ, ਖਲੋਤਾ ਕਿਤੇ ਉਹਨਾਂ ਪਹੁੰਚਿਆ ਕਿਤੇ ਉਹਨਾਂ, ਸਜਦੇ ਤੋਂ ਕਰਤਾ ਹੂੰ ਮਗਰ ਸਜਦੋ ਮੈਂ ਪੁਖਤਗੀ ਨਹੀਂ, ਕਾਇਲੇ ਬੰਦਗੀ ਤੋਂ ਅਰੇ ਕਾਬਲੇ ਬੰਦਗੀ ਨਹੀਂ, ਸਜਦਾ ਸਜਦਾ ਸਜਣਾ ਨੂੰ ਗੈਰ ਨੂੰ ਸਜਦਾ ਨਹੀਂ ਸਜਦਾ। ਸਜਦਾ ਉਹੀ ਹੁੰਦਾ ਜਿਹੜਾ ਅਦਾ ਹੋ ਜਾਂਦਾ, ਸਜਦਾ ਉਹੀ ਸਜਦਾ ਹੈ, ਸਰ ਉਹੀ ਸਰਫਰਾਜ਼ ਹੈ, ਯਾਰ ਕੇ ਪਾਏ ਨਾਜ਼ ਪੇ ਜਿਸਕੀ ਅਦਾ ਨਮਾਜ਼। ਹਏ ਨਮਾਜ਼ ਪੜਾਓ ਕਿ ਮੈਂ ਤੈ ਵੱਲ ਵੇਖਾਂ, ਇੱਥੇ ਬੁੱਲੇ ਸ਼ਾਹ ਕੀ ਅਕਾਸੀ ਕੀਤੀ, ਮੇਰੇ ਬਾਬੇ ਨੇ ਕੀ ਫਰਮਾਇਆ, ਨਮਾਜ਼ ਪੜਾਓ ਕਿ ਮੈਂ ਤੈ ਵੱਲ ਵੇਖਾਂ ਤੇ ਮੇਰਾ ਕਿਬਲਾ ਕਾਬਾ ਤੂੰ ਹੈ, ਹਏ ਲੋਕੀ ਪੜਨ ਕਲਾਮ ਵੇ ਗਾਮ ਤੇ ਮੈਂ ਕਰਦੀ ਤੂੰ ਹੈ ਤੂੰ ਹੈ। ਬਾਬੇ ਨੇ ਗੱਲ ਬੜੀ ਵੱਡੀ ਕਰ ਦਿੱਤੀ, ਗੱਲ ਮੁਕਾ, ਆਸ਼ਿਕ ਵਾਸਤੇ ਤਾਂ ਪੂਰੀ ਹੋ ਗਈ ਤੇ ਦੁਨੀਆਦਾਰ ਵਾਸਤੇ ਕਹਾਣੀ, ਲੋਕੀ ਪੜਨ ਕਲਾਮੇ ਗਾਮਣ, ਤੁਸੀਂ ਦੇਖਣਾ ਇਬਾਦਤ ਰਹੀ ਆ, ਮੈਂ ਤੈਨੂੰ ਵੇਖ ਲਵਾਂ ਤੇ ਮੇਰਾ ਖਾਤਾ ਪੂਰਾ ਹੋ ਜਾਂਦਾ, ਯਾਦ ਨੂੰ ਵੇਖ ਲਵੇ ਤੇ ਸਾਰਾ ਨਿਜ਼ਾਮ ਪੂਰਾ ਹੋ ਜਾਂਦਾ, ਤੁਸੀਂ ਦੇਖਣਾ ਇਬਾਦਤ ਤੇਰੀ ਯਾਦ ਬਣੀ ਕਰ ਪ੍ਰਸੇ ਜ਼ਾਤੇ ਮੌਲਾ, ਦੇਖ ਸੂਰਤ ਪੀਰ ਕੀ, ਮੈਂ ਪੀਰ ਦੀ ਸੂਰਤ ਨੂੰ ਵੇਖਣਾ, ਪ੍ਰਸੇ ਤਾਂ ਸੋਲਾ ਦੀ ਕਰਨੀ, ਕਰ ਪ੍ਰਸੇ ਜ਼ਾਤੇ ਮੌਲਾ ਦੇਖ ਸੂਰਤ ਪੀਰ ਕੀ, ਕਿਆ ਕਹੂੰ ਕੈਸੀ ਹੋਈ ਮੁਝ ਪਰ ਅਨਾਇਤ ਪੀਰ ਕੀ, ਆਪਣੀ ਸੂਰਤ ਹੀ ਨਜ਼ਰ ਆਤੀ ਹੈ ਸੂਰਤ ਪੀਰ ਕੀ, ਮੈਨੂੰ ਆਪਣਾ ਮੇਰਾ ਪੀਰ ਹੀ ਲੱਗਦਾ ਕਿਉਂ ਬੈਠਾ ਮੈਂ ਨਹੀਂ ਹਾਂ,
जब मैं था तब गुरु नहीं, जब गुरु है मैं ना, जब मैं था तब गुरु नहीं, जब गुरु है मैं ना, कबीरा एक नगरी में दो राजा ना समा, एक नगरी से दो बादशाह नहीं होंगे, या आप रह जाए यार रह जाए, जो तो यार में वासे जावे तो फिर सारे काम सीधे हो गए। मुर्शिद में वसाना यह अमल मुल्क तो कुछ नहीं है, असल जी मैं जो सब बयान करना यह चीज़ा ने, मुर्शिद जो बिच वस गया उसी साईं का तो मूँह बना के झकीता तो काम तो हो गया, काम तो उधर ही हो जाना उस बंदे का, ਤੁਹਾਡਾ ਜਿੰਨਾ ਤਸੱਵਰ ਟਾਈਟ ਹੈ ਉਨੀ ਜਲਦੀ ਤੁਹਾਡਾ ਕੰਮ ਆਊ। ਆਪਣੇ ਤਸੱਵਰੇ ਸ਼ਹਿਰ ਵਿੱਚ ਤਵੀਜ਼ ਬਣਾਓ ਕਿ ਉਹ ਬਣਾ ਰਹੇ ਉਹਦੇ ਹੱਥਾਂ ਨਾਲ ਬਣਦੇ ਪਏ, ਉਹ ਜੋ ਦਮ ਕਰਨਾ ਤੇ ਸ਼ਕਲ ਉਹਦੀ ਬਣਾਓ, ਅੱਖਾਂ ਬੰਦ ਕਰੋ ਆਪਣੇ ਸਾਇੰਸ ਦਾ ਤਸੱਵਰ ਕਰਕੇ ਉਸ ਬੰਦੇ ਚਾਰ ਪੁੱਕਰ ਬੰਦਾ ਉੱਥੇ ਜੁੜੀ ਕੁਛ ਵੀ ਨਾ ਆਉਂਦਾ। ਮੇਰੇ ਕਹੀ ਕਿ ਫਰੀਦ ਐਸੇ ਮੇਰੇ ਕੋਲ ਆਇਆ ਸਰਕਾਰ ਜੀ ਫਸ ਗਿਆ ਇੱਕ ਜਗ੍ਹਾ ਤੇ, ਉਹਦੇ ਸਾਨੂੰ ਆਉਂਦਾ ਕੁਛ ਨਹੀਂ ਸੀ, ਉਹ ਬੰਦਾ ਕਿ ਯਾਰ ਤੁਸੀਂ ਜਿਹੜੇ ਫਰੀਦ ਦੇ ਮੰਨਣ ਵਾਲੇ ਪੁੱਛ ਮੈਂ ਅਸੀਂ ਤਸੱਵਰ ਲਿਆ ਤੇ ਦੂਸਰੀ ਪੜ੍ਹਿਆ ਤਾਂ ਤੁਹਾਡਾ ਤਸੱਵਰ ਲੈ ਕੇ ਫੂਕਾ ਮਾਰੇ ਗਿਆ, ਅੱਖ ਨਿਕੀ ਵੀ ਅੰਨ ਕੀ ਵੀ ਅਗਮੂਰਤ ਅਗਮੂਰ ਉਹਨੇ ਫੂਕਾ ਮਾਰੇ ਬਦਲ ਪੁੱਛੋ ਰਿਹਾ ਜੀ ਮੈਂ ਤਾਂ ਠੀਕ ਹੋ ਗਿਆ ਮਾਸ਼ਾਅੱਲਾ ਮੇਰੀ ਤਕਲੀਫ ਕਹਿੰਦਾ ਬਾਈ ਅੱਲਾ ਸ਼ੁਕਰ ਸਾਰੀ ਰਾਜਪੁਰ ਦਾ ਰੱਖ ਲਏ ਆਉਂਦਾ ਜਾਂਦਾ ਸਾਨੂੰ ਕੁਝ ਹੋਣਾ ਜੀ ਆਇਆ ਸਰਕਾਰ ਸਾਨੂੰ ਕੁਝ ਦੱਸੋ ਤੂੰ ਐਸੇ ਐਸੇ ਮਰੀਜ਼ ਆਉਂਦੇ ਨੇ।